ਗੁਰੂ ਨਾਨਕ ਸਾਹਿਬ ਨੇ ਸਿੱਖ ਚੰਤ ਚਿੰਤਨ ਨੂੰ ਵਿਕਸਿਤ ਕਰਦਿਆਂ ਹੋਇਆਂ ਇੱਕ ਨਵੀਂ ਵਿਚਾਰਧਾਰਾ ਦਿੰਦਿਆਂ ਹੋਇਆਂ ਸਮਾਜ ਦੇ ਵਿੱਚ ਇਨਕਲਾਬ ਕਰਦਿਆਂ ਹੋਇਆਂ ਆਪਣੇ ਵੱਲੋਂ ਜੋ ਕੁਝ ਕਿਹਾ ਉਹ ਇੱਕ ਮਿਸਾਲ ਬਣ ਕੇ ਸਾਹਮਣੇ ਰੱਖਿਆ ਜਾ ਸਕਦਾ ਲੇਕਿਨ ਅਸੀਂ ਕਈ ਵਾਰ ਕੇਵਲ ਪੂਜਾ ਤੱਕ ਸੀਮਿਤ ਹੋ ਜਾਣੇ ਆ ਤੇ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋਂ ਪਰੇ ਚਲੇ ਜਾਣੇ ਆ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼੍ਰੇਣੀਆਂ ਦਾ ਟਕਰਾਅ ਸੀ ਜਿਹੜਾ ਮਨੁੱਖ ਮਾਰੂ ਹਥਿਆਰ ਸੀ ਅਮੀਰ ਲੋਕਾਂ ਦੇ ਕੋਲ ਵੱਡੇ ਲੋਕਾਂ ਦੇ ਕੋਲ ਜਿਹੜੇ ਲੁੱਟਖੁਟ ਕਰਦੇ ਸੀ ਗਰੀਬਾਂ ਦੀ ਜਿਹੜੇ ਮਾਲਕ ਭਾਗੋ ਵਰਗਿਆਂ ਨੂੰ ਮਾ ਭਾਈ ਲਾਲੋ ਵਰਗਿਆਂ ਨੂੰ ਨਫ਼ਰਤ ਕਰਦੇ ਸੀ ਮਾਲਕ ਭਾਗੋ ਉਸ ਨੂੰ ਰੱਦ ਕਰਜਿਆ ਹੋਇਆ ਉਹਨਾਂ ਨੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਕਿਹਾ ਕਿ ਜੇ ਰਤ ਲੱਗੇ ਕਪੜੇ ਜਾਮਾ ਹੋਏ ਪ੍ਰੀਤ ਜੋ ਰਤ ਪੀਵੇ ਮਨ ਸਾ ਤੈਨ ਕਿਉ ਨਿਰਮਲ ਜੀਤ ਇਹ ਵੀ ਕਹਾਂ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਅਸੀਂ ਇਹ ਸਮਝ ਸਕਦੇ ਆ ਕਿ ਉਸ ਵੇਲੇ ਦੇ ਧਰਮਾਂ ਦੇ ਵਿੱਚ Hindu ਧਰਮ ਵਿੱਚ ਕੀ ਸਮਝਿਆ ਜਾਂਦਾ ਸੀ ਕਿ ਗਊ ਦਾ ਮਾਸ ਖਾਣਾ ਮਨੈ ਤੇ ਮੁਸਲਮਾਨਾਂ ਚ ਸੂਰ ਦਾ ਮਾਸ ਖਾਣਾ ਮਨੈ ਤੇ ਉਹਨਾਂ ਨੇ ਇਸ ਗੱਲ ਨੂੰ ਹੀ ਸੰਬੋਲਕ ਬਣਾ ਕੇ ਦੱਸਿਆ ਵੀ ਭਾਈ ਇੱਕ ਪਾਸੇ ਤਾਂ ਤੁਸੀਂ ਜਾਨਵਰਾਂ ਦੇ ਮਾਸ ਸੰਬੰਧੀ ਤੇ ਇਹ ਜਿਹੀਆਂ ਗੱਲਾਂ ਕਰਦੇ ਆਂ ਲੇਕਿਨ ਮਨੁੱਖ ਦਾ ਮਾਨਸ ਮਾਸ ਖਾਣ ਤੱਕ ਜਾਂਨੇ ਆਂ ਮਨੁੱਖ ਨੂੰ ਤੁਸੀਂ ਤਹਿਸ ਨਹਿਸ ਕਰਦੇ ਆਂ ਉਸ ਤੇ ਹੱਕ ਜਿਹੜੇ ਨੇ ਉਸ ਤੇ ਜ ਡੈਮੋਕਰੈਟਿਕ ਡੈਮੋਕਰੈਟਿਕ ਰਾਈਟਸ ਹੈ ਉਹਨਾਂ ਨੂੰ ਖੋਹਨੇ ਆਂ ਗੁਰੂ ਨਾਨਕ ਸਾਹਿਬ ਨੇ ਇਹ ਗੱਲਾਂ ਆਪਣੇ ਬਚਨਾਂ ਵਿੱਚ ਨਹੀਂ ਕਹੀਆਂ ਇਹਨਾਂ ਨੂੰ ਅਮਲੀ ਰੂਪ ਵਿੱਚ ਨਿਭਾ ਕੇ ਵੀ ਵਿਖਾਇਆ ਔਰ ਜਿਹੜੀ ਰੀਤ ਉਹਨਾਂ ਨੇ ਪਾਈ ਸੀ ਉਸ ਰੀਤ ਨੂੰ ਆਗੋਂ ਜਾ ਕੇ ਸਾਰੇ ਗੁਰੂ ਸਾਹਿਬਾਨ ਨੇ ਪਾਲਿਆ ਹੈ ਜਿਹੜੇ ਹਮਲਾਵਰ ਲੋਕ ਜਿਹੜੇ ਮਜ਼ਬੂਤ ਲੋਕ ਜਿਹੜੇ ਸਾਧਨਾਵਾਲੇ ਲੋਕ ਛੋਟੇ ਲੋਕਾਂ ਉੱਤੇ ਆਪਣੀ ਉਚਤਾ ਵਿਖਾਉਂਦੇ ਸੀ ਆਪਣੇ ਆਪ ਨੂੰ ਬਿਹਤਰ ਵਿਖਾਉਂਦੇ ਸੀ ਉਹਨਾਂ ਨੂੰ ਨਫ਼ਰਤ ਕਰਦੇ ਸੀ ਉਹਨਾਂ ਦੇ ਸਨਮਨ ਵਿੱਚ ਇੱਕ ਬੜੀ ਅਸਲੀਅਤ ਗੁਰੂ ਨਾਨਕ ਸਾਹਿਬ ਨੇ ਹਕੀਕਤ ਉਹਨਾਂ ਦੇ ਸਾਹਮਣੇ ਰੱਖੀ ਕਿ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਭਾਣੇ ਕਸਮੇ ਨਜ਼ਰੀ ਕੀੜਾ ਆਵੇ ਜਿੱਤੇ ਚੁਗੇ ਦਾਣੇ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਬੁਖਾਣੇ ਕਿ ਨਠਗਨਸ ਵਿੱਚ ਜਾਣਾ ਹੀ ਸਭ ਤੋਂ ਵੱਡੀ ਅਮੀਰੀ ਹੈ ਜੋ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਨੇ ਜਿਹੜੇ ਆਪਣੇ ਨੂੰ ਲਾਓ ਲਸ਼ਕਰ ਵਾਲੇ ਸਮਝਦੇ ਨੇ ਜਿਹੜੇ ਆਪਣੇ ਆਪ ਨੂੰ ਦੌਲਤਮੰਦ ਸਮਝਦੇ ਨੇ ਜਿਹੜੇ ਆਪਣੇ ਆਪ ਨੂੰ ਜ਼ਗੀਰਾਂ ਵਾਲੇ ਸਮਝਦੇ ਨੇ ਜਿਨ੍ਹਾਂ ਦੇ ਕੋਲ ਧਨ ਦੌਲਤ ਦੇ ਅੰਬਾਰ ਲੱਗੇ ਹੋਏ ਨੇ ਉਨ੍ਹਾਂ ਦੇ ਅੰਦਰ ਜਿਹੜਾ ਹੰਕਾਰ ਪੈਦਾ ਹੋਇਆ ਹੋਇਆ ਇਸ ਨੂੰ ਤੋੜਨ ਵਾਲਾ ਉੱਪਰ ਬੈਠਿਆ ਅਕਾਲ ਪੁਰਖ ਖਸਮੇ ਨਜ਼ਰੀ ਕੀੜਾ ਆਵੇ ਨਿਮਰਤਾ ਨਾਲ ਜਿਉਣਾ ਹੀ ਅਸਲ ਜੀਵਨ ਹੈ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਜਾਤ ਪਾਤ ਦਾ ਕੋੜ ਸੀ ਇਸ ਨੂੰ ਤੋੜਨ ਲਈ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਕਰਕੇ ਵਿਖਾਇਆ ਛੋਟਿਆਂ ਨਾਲ ਸੰਗਤ ਕੀਤੀ ਤੇ ਸੰਗਤ ਦਾ ਆਰੰਭ ਉਹਨਾਂ ਨੇ ਕਿੱਥੋਂ ਕੀਤਾ ਆਪਣੇ ਪਿੰਡ ਦੇ ਤਲਵੰਡੀ ਰਾਏ ਭੋਏ ਦੇ ਭਾਈ ਮਰਜ਼ਾਨੇ ਨਾਲ ਮਰਜ਼ਾਨਾ ਜਿਹੜਾ ਉਸ ਪਿੰਡ ਦੀ ਮਰਾਸੀ ਜਾਤ ਨਾਲ ਸੰਬੰਧਿਤ ਸੀ ਮਰਾਸੀ ਜਾਤ ਦੇ ਲੋਕਾਂ ਨੂੰ ਨੀਚ ਸਮਝਿਆ ਜਾਂਦਾ ਸੀ ਛੋਟੇ ਸਮਝਿਆ ਜਾਂਦਾ ਸੀ ਉਹਨਾਂ ਦੇ ਬਾਰੇ 'ਚ ਇਹ ਹੁੰਦਾ ਸੀ ਕਿ ਜੇ ਉਹ ਹੱਥ ਵੀ ਲਾ ਦੇਣ ਕਿਸੇ ਉੱਚ ਜਾਤੀ ਵਾਲੇ ਬੰਦੇ ਦੇ ਭੋਜਨ ਨੂੰ ਤਾਂ ਉਹ ਖਾਣ ਦੇ ਯੋਗ ਨਹੀਂ ਰਹਿੰਦਾ ਜੇ ਉਹ ਰਸਤਾ ਕੱਟ ਦੇਣ ਤੇ ਉਹ ਜਾਣ ਦੇ ਯੋਗ ਨਹੀਂ ਰਹਿੰਦਾ ਜੇ ਉਹ ਘਰ ਵਿੱਚ ਪੈਰ ਪਾਲਣ ਬਿਨਾ ਦਰਵਾਜ਼ਾ ਠਕੋਰੇ ਦੇ ਤਾਂ ਘਰ ਰਹਿਣ ਜੋਗਾ ਨਹੀਂ ਰਹਿੰਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹਨਾਂ ਨੂੰ ਗੁਰੂ ਸਾਹਿਬਾਨ ਨੇ ਰੱਦ ਰੱਦ ਕਰਦਿਆਂ ਹੋਇਆਂ ਭਾਈ ਮਰਦਾਨੇ ਦੀ ਸੰਗਤ ਕੀਤੀ ਭਾਈ ਮਰਦਾਨੇ ਨੂੰ ਆਪਣਾ ਸਖਾ ਬਣਾਇਆ ਆਪਣਾ ਦੋਸਤ ਬਣਾਇਆ ਤੇ ਆਪਣਾ ਸਖਾ ਵੀ ਆਮ ਖਾਸ ਨਹੀਂ ਉਹਨਾਂ ਦਾ ਸੰਗੀਤਕਾਰ ਸੀ ਉਹਨਾਂ ਦਾ ਰਬਾਬੀ ਸੀ ਗੁਰੂ ਨਾਨਕ ਦੇ ਗੀਤ ਸੀ ਭਾਈ ਮਰਦਾਨੇ ਦਾ ਸੰਗੀਤ ਸੀ ਦੋਹਾਂ ਦਾ ਸੰਜੋਗ ਬਣ ਕੇ ਜਦੋਂ ਸਾਹਮਣੇ ਆਇਆ ਤਾਂ ਜਿਹੜੀ ਸੰਗਤ ਹੈ ਜੋ ਜੋ ਆੜੇਦ ਵਾਲੇ ਉਸ ਇਸ ਕਿਸਮ ਦੇ ਲੋਕ ਸੀ ਜਿਨ੍ਹਾਂ ਨੂੰ ਗਿਆਨ ਦੀ ਜ਼ਰੂਰਤ ਸੀ ਜਿਨ੍ਹਾਂ ਨੂੰ ਠੀਕ ਰਸਤਾ ਨਹੀਂ ਸੀ ਲੱਭਦਾ ਜਿਨ੍ਹਾਂ ਨੂੰ ਰੋਸ਼ਨੀ ਨਹੀਂ ਸੀ ਮਿਲਦੀ ਉਹਨਾਂ ਨੂੰ ਰੋਸ਼ਨੀ ਮਿਲੀ ਗੁਰੂ ਸਾਹਿਬ ਨੇ ਇਥੋਂ ਤੱਕ ਜਦੋਂ ਅਸੀਂ ਇਹਦੇ ਸ਼ਬਦ ਜਨਮ ਸਾਖੀਆਂ ਵਿੱਚ ਪੜ੍ਹਦੇ ਹਾਂ ਜਨਮ ਸਾਖੀਆਂ ਵਿੱਚ ਕਈ ਚੀਜ਼ਾਂ ਵਧਾ ਘਟਾ ਕੇ ਵੀ ਲਿਖੀਆਂ ਹੋਈਆਂ ਲੇਕਿਨ ਇਹ ਬੜੀ ਰਮਾਂਚਕ ਤੇ ਬੜੀ ਹੀ ਆਦਰਸ਼ਕ ਤੇ ਬੜੀ ਹੀ ਮਨ ਨੂੰ ਮੋਹਣ ਵਾਲੀ ਗੱਲ ਹੈ ਮਨ ਨੂੰ ਟੁੰਬਣ ਵਾਲੀ ਗੱਲ ਹੈ ਕਿ ਗੁਰੂ ਕਹਿ ਰਿਹਾ ਕਿ ਮਰਦਾਨਿਆਂ ਵਜਾਇ ਰਬਾਬ ਸ਼ਬਦ ਆਇਆ ਕਿ ਮਰਦਾਨੇ ਨੇ ਤੇ ਫਿਰ ਉਸ ਸੰਗੀਤਕਾਰ ਦੀ ਰਬਾਬ ਸੁਲਤਾਨਪੁਰ ਦੇ ਨੇੜੇ ਪਿੰਡ ਪਰਵਾਣਾ ਤੋਂ ਬਣਵਾ ਕੇ ਮੰਗਾਈ ਫਿਰ ਉਸ ਨੂੰ ਰਾਗਾਂ ਵਿੱਚ ਬੰਦ ਬੰਨਿਆ ਆਪਣੇ ਸਾਰੇ ਬਾਣੀ ਨੂੰ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਰਚ ਕੇ ਇਹ ਪਿਰਤ ਪਾਈ ਕਿ ਜੇ ਇਥੋਂ ਦੀਆਂ ਉੱਚ ਸ਼੍ਰੇਣੀਆਂ ਰਾਗ ਨੂੰ ਤਮਾ ਕਰ ਦੇਣ ਵਾਲੇ ਪਾਸੇ ਆ ਜੇ ਇਥੋਂ ਦੀਆਂ ਉੱਚ ਸ਼੍ਰੇਣੀਆਂ ਰਾਗ ਦੀ ਦੁਰਵਰਤੋਂ ਕਰਨ ਵਾਲੇ ਪਾਸੇ ਆ ਤਾਂ ਅਸੀਂ ਉਹਦੀ ਸਵਰਤੋਂ ਕਰਾਂਗੇ ਉਸ ਨੂੰ ਸਾਕਾਰ ਰੂਪ ਵਿੱਚ ਉਸ ਨੂੰ ਠੀਕ ਰੂਪ ਵਿੱਚ ਵਰਤਾਂਗੇ ਔਰ ਰਾਗ ਨੂੰ ਜਿਉਂਦਾ ਰੱਖਾਂਗੇ ਕਿਉਂਕਿ ਉਹ ਹਿੰਦੁਸਤਾਨੀ ਸਭਿਆਚਾਰ ਦੀ ਜਿੰਦ ਜਾਨ ਹੈ ਹਿੰਦੁਸਤਾਨ ਦੀ ਸਭਿਆਚਾਰ ਦੀ ਇੱਕ ਵੱਡੀ ਕਲਾ ਹੈ ਤੋਂ ਭਾਈ ਮਰਦਾਨੇ ਦਾ ਸੰਗ ਕਰਨਾ ਅਮਰੀ ਰੂਪ ਵਿੱਚ ਸਿੱਖ ਚਿੰਤਨ ਦੇ ਵਿੱਚ ਜਿਹੜਾ ਜਾਤ ਪਾਤ ਦਾ ਬਹੁਤ ਤਕੜਾ ਵਿਰੋਧ ਹੈ ਇੱਕ ਪੈਰ ਚੁੱਕਿਆ ਉਹਨਾਂ ਨੇ ਕਿਉਂਕਿ ਉਸ ਵੇਲੇ ਉਹਨਾਂ ਨੂੰ ਬਾਗੀ ਸਮਝਿਆ ਜਾਂਦਾ ਹੋਵੇਗਾ ਸਮਾਜ ਦਾ ਐ ਸਮਝਿਆ ਜਾਂਦਾ ਹੋਵੇਗਾ ਵੀ ਇਹ ਤਾਂ ਅਲੋਕਾਰ ਗੱਲਾਂ ਕਰ ਰਹੇ ਨੇ ਵਿਲੇ ਕਾਨੂੰਨਾਂ ਨੇ ਉਹ ਜਿਹੜਾ ਜਾਤ ਪਾਤ ਦਾ ਅਡੰਬਰ ਸੀ ਜਿਹੜਾ ਕੌਣ ਬਣ ਚੁੱਕਿਆ ਸੀ ਮਨੁੱਖ ਲਈ ਜਿਹੜਾ ਇੱਕ ਲਾਹ ਲਾਜ ਬਿਮਾਰੀ ਬਣ ਚੁੱਕਿਆ ਸੀ ਉਸ ਨੂੰ ਤੋੜਨ ਲਈ ਇਹ ਜਿਹੜੇ ਪਹਿਲੇ ਕਦਮ ਪੁੱਟੇ ਇਹ ਕਦਮ ਅੱਗੇ ਜਾ ਕੇ ਬਹੁਤ ਵੱਡੇ ਕਦਮ ਬਣੇ ਔਰ ਗੁਰੂ ਦਰਬਾਰ ਦੇ ਵਿੱਚ ਜਿਹੜਾ ਸੰਗਤ ਤੇ ਪੰਗਤ ਦਾ ਗੱਲ ਸ਼ੁਰੂ ਕੀਤੀ ਉਹਨਾਂ ਨੇ ਉਹ ਬਰਾਬਰੀ ਦਾ ਸੰਕਲਪ ਕੀਤਾਲੇ ਸੰਗਤ ਵਿੱਚ ਜਦੋਂ ਕੋਈ ਬੈਠਦਾ ਹੈ ਕੌਣ ਛੋਟਾ ਛੋਟੀ ਜਾਤ ਦਾ ਕੌਣ ਵੱਡੀ ਜਾਤ ਦਾ ਕੋਈ ਨਹੀਂ ਵੇਖਦਾ ਜਾਤ ਦਾ ਗਰਭ ਨਾ ਕੀਚੇ ਕੋਈ ਤੇ ਕਬੀਰ ਜੀ ਨੇ ਤੇ ਕਮਾਂਲੀ ਕਰਤੀ ਜਦੋਂ ਉਹਨਾਂ ਨੇ ਕਿਹਾ ਜੇ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾੜੇ ਬਾੜ ਕਾਹੇ ਨਹੀਂ ਆਇਆ ਜਿਹੜਾ ਉੱਚ ਜਾਤੀ ਦਾ ਸੰਕਲਪ ਹੈ ਜਿਹੜਾ ਉੱਚ ਸ਼੍ਰੇਣੀ ਦਾ ਸੰਕਲਪ ਹੈ ਇਹ ਤੋੜਨ ਲਈ ਕਬੀਰ ਜੀ ਨੇ ਜੋ ਕਿਹਾ ਉਹ ਬੜੀ ਪ੍ਰੈਕਟੀਕਲ ਗੱਲ ਹੈ ਬਹੁਤ ਵੱਡੀ ਚੁਣੌਤੀ ਹੈ ਕਿ ਭਾਈ ਜਾਤ ਪਾਤ ਮਨੁੱਖ ਦੇ ਸਮਾਜ ਲਈ ਨਹੀਂ ਬਣੀ ਜਾਤ ਪਾਤ ਪ੍ਰਮਾਤਮਾ ਨੇ ਬਣਾ ਕੇ ਨਹੀਂ ਭੇਜੀ ਮਨੁੱਖ ਨੇ ਆਪ ਇਹ ਕੋਹੜ ਆਪਣੇ ਨੇ ਰਚਿਆ ਇਸ ਨੂੰ ਤੋੜਨਾ ਤੇ ਬ੍ਰਾਹਮਣ ਜਿਹੜੇ ਉੱਚ ਜਾਤੀਆਂ ਵਾਲੇ ਆ ਉਹ ਵੀ ਸਾਡੇ ਵਾਂਗ ਗਰੀਬਾਂ ਵਾਂਗ ਹੀ ਜਨਮ ਲੈਂਦੇ ਆ ਇਹ ਗੁਰੂ ਸਾਹਿਬ ਨੇ ਇੱਕ ਹੋਰ ਤਰੀਕੇ ਨਾਲ ਵੀ ਜੋੜਿਆ ਕਿ ਉਹਨਾਂ ਭਗਤਾਂ ਦੀ ਬਾਣੀ ਜਿਨ੍ਹਾਂ ਨੂੰ ਨੀ ਨੀਵੀਆਂ ਸ਼੍ਰੇਣੀਆਂ ਦੇ ਸਮਝਿਆ ਜਾਂਦਾ ਸੀ ਜਾਤ ਪਾਤ ਦੇ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੋੜਿਆ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਇੱਕ ਮਾਨਯੋਗ ਹਿੱਸਾ ਬਣਾ ਕੇ ਪੇਸ਼ ਕੀਤਾ